ਇਸ ਦਾ ਜ਼ਿੰਮੇਦਾਰ ਕੌਣ ਹੈ? ਇਸ ਦਾ ਜ਼ਿੰਮੇਦਾਰ ਅਸੀਂ ਹਾਂ। ਅਸੀਂ ਜਿੱਥੇ ਬਹਿੰਦੇ ਹਾਂ ਦੀਨ ਦੇ ਖਿਲਾਫ਼ ਗੱਲਾਂ ਕਰਨੇ ਆ। ਇਹ ਮੇਰੀ ਗੱਲ ਸੁਣਨਾ, ਦੀਨ ਮੌਲਵੀਆਂ ਪੀਰਾਂ ਦਾ ਨਹੀਂ, ਮੌਲਵੀ ਪੀਰ ਤਾਂ ਦੀਨ ਦੇ ਨਾਂ ਦੇ ਆਪਣੇ ਡਿੱਡ ਭਰ ਰਿਹਾ। ਹਾਂ, ਦੀਨ ਰਸੂਲੁੱਲਾ ਦਾ ਹੈ। ਹਾਂ, ਉਸ ਦੇ ਖਿਲਾਫ਼ ਜਿਹਨੇ ਗੱਲ ਕੀਤੀ ਉਹਦੀ ਬਚ ਕੋਈ ਨਹੀਂ। ਸਾਨੂੰ ਤੁਸੀਂ ਲੱਖ ਵਾਰੀ ਗਾਲਾਂ ਕੱਢੋ, ਲੇਕਿਨ ਜਿਹੜਾ ਦੀਨ ਦੇ ਖਿਲਾਫ਼ ਬੋਲਦਾ ਹੈ ਨਾ, ਉਹਦੀ ਬਚ ਕੋਈ ਨਹੀਂ। ਮੇਰੇ ਆਕਾ ਨੇ ਫਰਮਾਇਆ, ਜਿਹੜਾ ਮੈਂ ਦੀਨ ਤੁਹਾਨੂੰ ਦੇ ਕੇ ਜਾ ਰਿਹਾ ਨਾ, ਉਹਦਾ ਦਿਨ ਵੀ ਦਿਨ ਹੈ ਅਤੇ ਰਾਤ ਵੀ ਦਿਨ ਹੈ। ਹਾਂਜੀ, ਉਸ ਦੀਨ ਦੀ ਖਾਤਰ ਲੋਕਾਂ ਨੇ ਹਜ਼ੂਰ ਨੂੰ ਇੱਥੇ ਪੱਥਰ ਮਾਰਿਆ। ਹਾਂਜੀ, ਮੈਂ ਉਹ ਦੰਦ ਮੁਬਾਰਕ ਜਿਹੜਾ ਹਲਬ ਦੀ ਜਾਮਿਆ ਮਸਜਿਦ ਦੇ ਮਿਹਰਾਬ ਵਿੱਚ ਪਏ ਸੀ ਮੈਂ ਜਦੋਂ ਮੁਲਕ ਸ਼ਾਮ ਗਏ ਸੀ, ਅੱਜ ਉਹ ਵੀ ਹਜ਼ੂਰ ਦੇ ਤਬਰੁਕਾਤ ਵੀ ਮੁਲਕ ਸ਼ਾਮ ਵਿੱਚ ਚੋਰੀ ਹੋ ਗਏ। ਹਾਂਜੀ, ਇੱਥੇ ਵਾਹ ਸਰਾ ਹਿੰਦ ਦੀਆਂ ਜੁੱਤੀਆਂ ਵੀ ਇਹਨਾਂ ਰੱਖੀਆਂ ਹੋਈਆਂ ਹਨ। ਬਾਈ, ਜਦੋਂ ਅੰਗਰੇਜ਼ ਆਇਆ ਸੀ ਤਾਂ ਫਿਰ ਉਹਨਾਂ ਦੇ ਆਪਣੇ ਪਿਓ ਦਾਦੇ ਜਿੱਥੇ ਉਹਨਾਂ ਆਪਣੀ ਥੋੜ੍ਹੀ ਜਿਹੀ ਇਹਨਾਂ ਜਗ੍ਹਾ ਗਿਰਾਈ ਸੀ ਨਾ, ਜਿਹੜੀ ਕਚਹਿਰੀਆਂ ਵਾਲੀ ਜਗ੍ਹਾ, ਅਤੇ ਉਹਦੇ ਬਰਤਾਨੀਆ 'ਚੋਂ ਬੰਦੇ ਆ ਗਏ ਸਨ ਵੀ ਜਿਵੇਂ ਸਾਡੀ ਇਮਾਰਤ ਉਂਝ ਰਹਿਣ ਦਿਓ। ਇਹਨਾਂ ਅਸੀਂ 100 ਸਾਲ ਇੱਥੇ ਹਕੂਮਤ ਕੀਤੀ, ਤੁਹਾਨੂੰ ਗੁਲਾਮ ਬਣਾ ਕੇ ਰੱਖਿਆ। ਇਹ ਲੈਣਾ ਕਈ ਜਗ੍ਹਾ ਐਸੀਆਂ ਹਨ ਜਿੱਥੇ ਗੱਡੀ ਨਹੀਂ ਚੱਲਦੀ, ਉਹ ਲੈਣ ਫਿਰ ਵੀ ਨਹੀਂ ਇਹ ਹਟਾ ਸਕਦੇ। ਬਰਤਾਨੀਆ ਨੇ ਕਿਹਾ ਹੋਇਆ ਸਾਡੀਆਂ ਲੈਣਾਂ ਵਿਛਾਈਆਂ ਹੋਈਆਂ, ਤੁਸੀਂ ਇਹ ਵੀ ਨਹੀਂ ਹਟਾ ਸਕਦੇ? ਦੱਸੋ ਯਾਰ, ਇਹ ਉਹਨਾਂ ਦੀਆਂ ਲੈਣਾਂ ਵੀ ਵਿਛੀਆਂ ਨਾ ਹਟਾ ਸਕੇ, ਅਤੇ ਹਜ਼ੂਰ ਦੇ ਦੰਦ ਮੁਬਾਰਕ ਵੀ ਅਗਲੇ ਚੋਰੀ ਕਰ ਲਏ, ਹਜ਼ੂਰ ਦੇ ਤਬਰੁਕਾਤ ਵੀ ਚੋਰੀ ਹੋ ਗਏ। ਖਾਲਿਦ ਬਿਨ ਵਲੀਦ ਦੇ ਮਜ਼ਾਰ ਉੱਤੇ ਅਗਲਿਆਂ ਬੰਬ ਮਾਰ ਦਿੱਤਾ, ਹਜ਼ਰਤ ਸੈਯਦਾ ਜ਼ੈਨਬ ਦਾ ਮਜ਼ਾਰ ਅਗਲਿਆਂ ਗਿਰਾ ਦਿੱਤਾ, ਹਜ਼ਰਤ ਉਵੈਸ ਕਰਨੀ ਦਾ ਮਜ਼ਾਰ ਅਗਲਿਆਂ ਬੰਬ ਮਾਰ ਦਿੱਤੇ, ਅੰਮਾਰ ਬਿਨ ਯਾਸਿਰ ਦਾ ਮਜ਼ਾਰ, ਜਨਾਬ ਯੂਨਸ ਅਲੈਹਿ ਸਲਾਮ ਦਾ ਮਜ਼ਾਰ ਛੱਡਿਆ ਇਹਨਾਂ ਕਿਵੇਂ? ਦੱਸੋ, ਜੰਨਤੁਲ ਬਕੀ ਇਹਨਾਂ ਗਿਰਾ ਦਿੱਤੀ। ਦੱਸੋ, ਇਹ ਕੀ ਕਰਨਾ ਚਾਹੁੰਦੇ ਨੇ ਇਸ ਪਾ ਦੁਨੀਆ ਉੱਤੇ? ਮੁਸਲਮਾਨ, ਤੁਸੀਂ ਉੱਠੋ, ਹਜ਼ੂਰ ਦੇ ਦੀਨ ਨਾਲ ਪਿਆਰ ਕਰੋ, ਮਸਜਿਦਾਂ ਆਬਾਦ ਕਰੋ, ਦੀਨ ਦੇ ਖਿਲਾਫ਼ ਕਦੀ ਗੱਲ ਕਰਨੀ ਵੀ ਨਹੀਂ ਅਤੇ ਸੁਣਨੀ ਵੀ ਨਹੀਂ। ਹਾਂ, ਗੁਨਾਹਗਾਰ ਕੇ ਲਈ ਮਾਫ਼ੀ ਆਇਆ, ਕਿਆਮਤ ਵਾਲੇ ਦਿਨ ਹਜ਼ੂਰ ਜਬ ਬਾਜ਼ੂ ਸ਼ਫਾਤ ਖੋਲੇਂਗੇ ਨਾ, ਤੋ ਬੜੇ ਬੜੇ ਗੁਨਾਹਗਾਰ ਵੀ ਨੇਕੋਂ ਕੇ ਸਾਥ ਚਲਤੇ ਹੋਏ ਨਜ਼ਰ ਆਏਗੇ, ਜਬ ਹਜ਼ੂਰ ਬਾਜ਼ੂ ਸ਼ਫਾਤ ਖੋਲੇਂਗੇ। ਲੇਕਿਨ ਗੁਨਾਹਗਾਰ ਕੇ ਲਈ ਮਾਫ਼ੀ ਹੈ, ਗੱਦਾਰ ਕੇ ਲਈ ਮਾਫ਼ੀ ਨਹੀਂ ਹੈ। ਗੱਦਾਰ ਉਹ ਆਉਂਦਾ ਜਿਹੜਾ ਦੀਨ ਦੇ ਖਿਲਾਫ਼ ਗੱਲ ਕਰੇ, ਗੁਨਾਹਗਾਰ ਉਹ ਆਉਂਦਾ ਜਿਹੜਾ ਆਪਣਾ ਗੁਨਾਹ ਮੰਨ ਕੇ ਕਵੇ ਜੀ ਅੱਲਾ ਰਸੂਲ ਸੱਚ ਫਰਮਾਇਆ ਮੈਂ ਗੰਦਾ ਬੰਦਾ, ਮੇਰੇ ਕੋਲ ਨਮਾਜ਼ ਨਹੀਂ ਪੜੀ ਗਈ, ਅੱਲਾ ਰਸੂਲ ਸੱਚ ਫਰਮਾਇਆ ਮੈਂ ਦਾੜੀ ਨਹੀਂ ਰੱਖ ਸਕਿਆ, ਅੱਲਾ ਰਸੂਲ ਸੱਚ ਫਰਮਾਇਆ ਮੈਂ ਚੰਗੇ ਕੰਮ ਨਾ ਕਰ ਸਕਿਆ। ਗੱਦਾਰ ਉਹ ਤਾਂ ਕਹਿੰਦਾ ਛੱਡੋ ਜੀ, ਨਮਾਜ਼ਾਂ ਵਿੱਚ ਕੀ ਰੱਖਿਆ, ਉਹ ਛੱਡੋ ਜੀ ਰੋਜ਼, ਉਹ ਗੱਦਾਰ ਹੈ। ਗੱਦਾਰ ਕੇ ਲਈ ਮਾਫ਼ੀ ਨਹੀਂ, ਖਤਾਕਾਰ ਕੇ ਲਈ ਤਾਂ ਫਿਰ ਕਿਆ ਹੋਗਾ? ਹਮ ਸੂਏ ਅਸ਼ਰ ਚਲੇਂਗੇ ਸ਼ਾਹ ਅਬਰਾਰ ਕੇ ਸਾਥ, ਔਰ ਕਾਫਲਾ ਹੋਗਾ ਰਵਾਂ ਕਾਫਲਾ ਏ ਸਾਲਾਰ ਕੇ ਸਾਥ, ਪੇਸ਼ ਹੱਕ ਮੁਜਦਾ ਸ਼ਫਾਤ ਕਾ ਸੁਨਾਤੇ ਜਾਏਂਗੇ। ਕਿਆਮਤ ਵਾਲੇ ਦਿਨ ਰਸੂਲੁੱਲਾ ਰੋ ਪੈਣਗੇ ਆਪਣੀ ਗੁਨਾਹਗਾਰ ਉਮਤ ਵਾਸਤੇ। ਜਿਹ ਦਿਨ ਮਾਂ ਪਿਓ ਵੀ ਨੱਸ ਜਾਣਗੇ, ਭੈਣਾਂ ਭਰਾ ਵੀ ਨੱਸ ਜਾਣਗੇ, ਹਜ਼ੂਰ ਫਰਮਾਉਂਦੇ ਨੇ ਮੈਂ ਆਪਣੀ ਉਮਤ ਵਾਸਤੇ ਅੱਲਾ ਦੇ ਸਾਹਮਣੇ ਰੋ ਪਵਾਂਗਾ। ਅਤੇ ਜਦੋਂ ਰਸੂਲੁੱਲਾ ਰੋਣਗੇ ਨਾ, ਤਾਂ ਫਿਰ ਅੱਲਾਹ ਤਾਲਾ ਫਰਮਾਏਗਾ ਮੇਰੇ ਹਬੀਬ ਆਪ ਸਾਰੇ ਅਕਦਸ ਉਠਾਓ, ਆ ਤੁਸੀਂ ਕੀ ਮੰਗਦੇ ਹੋ? ਸਲ ਤੋਤਾ ਵਸ਼ਫਾ ਤੂੰ ਸ਼ਫਾ, ਮੇਰੇ ਹਬੀਬ ਤੁਸੀਂ ਸਾਰੇ ਅਕਦਸ ਉਠਾਓ, ਹਜ਼ੂਰ ਸਜਦਾ ਕਰਨਗੇ ਰੱਬ ਦੇ ਅਰਸ਼ ਦੇ ਸਾਹਮਣੇ, ਔਰ ਆਪਣੀ ਦਸਤਾਰ ਮੁਬਾਰਕ ਵੀ ਹਜ਼ੂਰ ਉਤਾਰ ਦੇਣਗੇ। ਅੱਜ ਅਸਾਂ ਹਜ਼ੂਰ ਨਾਲ ਦੀਨ ਨਾਲ ਕੀ ਕਰ ਰਹੇ ਹਾਂ? ਕਿਆਮਤ ਵਾਲੇ ਦਿਨ ਤੁਹਾਡੇ ਅਤੇ ਮੇਰੀ ਖਾਤਰ ਹਜ਼ੂਰ ਰੋ ਪੈਣਗੇ। ਅੱਜ ਅਸਾਂ ਕੀ ਕਰ ਰਹੇ ਹਾਂ ਦੀਨ ਦੀ ਖਾਤਰ? ਨਾ ਕਿਸੇ ਹੱਥਕੜੀ ਲਵਾਈ, ਅੱਜ ਦੀਨ ਦੀ ਅਸਾਂ ਮਸਜਿਦ ਦੀ ਇੰਤਜ਼ਾਮੀਆਂ ਅਤੇ ਮੌਲਵੀਆਂ ਹੱਥਕੜੀਆਂ ਲਵਾਈਆਂ ਹੁੰਦੀਆਂ, ਅਤੇ ਮਸਜਿਦਾਂ ਦੇ ਸਪੀਕਰ ਉਤਰਨੇ ਸਨ, ਕਦੀ ਵੀ ਨਹੀਂ ਸਨ ਉਤਰ। ਉਹਨੇ ਕਿਹਾ ਅੱਲਾ ਦਾ ਘਰ ਹੈ, ਘਰ ਦੀ ਟੂਟੀ ਵੀ ਕੋਈ ਨਹੀਂ ਲਾਣ ਦਿੰਦਾ, ਅਤੇ ਅੱਲਾ ਦੇ ਘਰ ਦੇ ਸਪੀਕਰ ਬੰਦ ਹੋ, ਉਹ ਵੀ ਅੱਲਾ ਦਾ ਘਰ। ਇਸ ਵਾਸਤੇ ਕਿ ਮੌਲਾਨਾ ਨੇ ਵੀ ਕਿਹਾ ਮੈਨੂੰ ਕਿਹੜੀ ਲੋੜ ਹੈ ਹੱਥਕੜੀ ਲਵਾਉਣ ਦੀ, ਮੈਨੂੰ ਕਿਹੜੇ ਲੋੜ ਪਰਚਾ ਕੱਟਣ ਦੀ? ਪਰਚਾ ਤਾਂ ਇੰਝ ਵੀ ਕੱਟਿਆ ਜਾਂਦਾ, ਜੇ ਅੱਲਾ ਦੇ ਦੀਨ ਵਾਸਤੇ ਕੱਟਿਆ ਜਾਂਦਾ ਤਾਂ ਉਹਦੀ ਕੀਮਤ ਪੈਣੀ ਸੀ, ਉਹਦੀ ਕੀਮਤ ਪੈਣੀ ਸੀ। ਹਾਂਜੀ, ਕਿਆਮਤ ਵਾਲੇ ਦਿਨ ਉਹ ਪਰਚਾ ਵੀ ਨਾਮਾ ਅਮਾਲ ਤੁਲ ਜਾਣਾ ਸੀ ਕਿ ਇਹ ਉਹ ਬੰਦਾ ਹੈ ਜਿਹਨੇ ਅੱਲਾ ਦੇ ਘਰ ਦੀ ਖਾਤਰ ਪਰਚਾ ਕਟਾਇਆ ਸੀ, ਇਹ ਉਹ ਬੰਦਾ ਜਿਹਨੇ ਅੱਲਾ ਦੇ ਘਰ ਦੀ ਖਾਤਰ ਹੱਥਕੜੀਆਂ ਲਵਾਈਆਂ ਸਨ, ਅਤੇ ਪਾਕਿਸਤਾਨ ਵਿੱਚ ਕੀਮਤ ਪੈ ਜਾਣੀ ਸੀ। ਪਾਕਿਸਤਾਨ ਦਾ ਮਤਲਬ ਕਿਆ? ਲਾ ਇਲਾਹ ਇਲਾ ਅੱਲਾ।